ਧੰਨ ਗੁਰੂ ਨਾਨਕ ਦੇਵ ਪਿਆਰੇ, ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ ਪਿਆਰੇ, ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ ਪਿਆਰੇ, ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ ਪਿਆਰੇ, ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ ਪਿਆਰੇ, ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ ਪਿਆਰੇ, ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ ਪਿਆਰੇ, ਧੰਨ ਗੁਰੂ ਨਾਨਕ ਦੇਵ, ਸਾਰੇ ਧੰਨ ਗੁਰੂ ਨਾਨਕ ਦੇਵ ਪਿਆਰੇ, ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ ਪਿਆਰੇ, ਧੰਨ ਗੁਰੂ ਨਾਨਕ ਦੇਵ, ਗੁਰੂ ਨਾਨਕ ਨਾਨਕ ਜੀ ਨਾਨਕ ਜੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਨਾਨਕ ਜੀ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਨਾਨਕ ਜੀ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਨਾਨਕ ਧੰਨ ਗੁਰੂ ਨਾਨਕ ਦੇਵ ਪਿਆਰੇ, ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ ਪਿਆਰੇ, ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ ਪਿਆਰੇ, ਧੰਨ ਮੇਰੇ ਨਾਨਕ, ਧੰਨ ਮੇਰੇ ਨਾਨਕ, ਧੰਨ ਮੇਰੇ ਨਾਨਕ, ਨਾਨਕ ਜੀ ਧੰਨ ਮੇਰੇ ਨਾਨਕ, ਧੰਨ ਮੇਰੇ ਨਾਨਕ, ਧੰਨ ਮੇਰੇ ਨਾਨਕ, ਨਾਨਕ ਜੀ ਧੰਨ ਮੇਰੇ ਨਾਨਕ, ਧੰਨ ਮੇਰੇ ਨਾਨਕ, ਧੰਨ ਮੇਰੇ ਨਾਨਕ, ਨਾਨਕ ਜੀ ਬਦਲੋ ਗਏ, ਧੰਨ ਮੇਰੇ ਨਾਨਕ, ਧੰਨ ਮੇਰੇ ਨਾਨਕ, ਨਾਨਕ ਜੀ ਧੰਨ ਮੇਰੇ ਨਾਨਕ, ਧੰਨ ਮੇਰੇ ਨਾਨਕ, ਧੰਨ ਮੇਰੇ ਨਾਨਕ, ਨਾਨਕ ਜੀ ਧੰਨ ਮੇਰੇ ਨਾਨਕ, ਧੰਨ ਮੇਰੇ ਨਾਨਕ, ਧੰਨ ਮੇਰੇ ਨਾਨਕ, ਨਾਨਕ ਜੀ ਧੰਨ ਮੇਰੇ ਨਾਨਕ, ਧੰਨ ਮੇਰੇ ਨਾਨਕ, ਧੰਨ ਮੇਰੇ ਨਾਨਕ, ਨਾਨਕ ਜੀ ਧੰਨ ਮੇਰੇ ਨਾਨਕ, ਧੰਨ ਮੇਰੇ
ਸ਼ਬਦ ਦੇ ਵਿੱਚ ਬੜੀ ਅਪਣਤ ਹੈ ਜੀ, ਬੜੀ ਅਪਣਤ ਹੈ। ਇਹ ਜਦੋਂ ਦਾਸ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਪੜ੍ਹਿਆ ਸੀ, ਉਸ ਦਿਨ ਤੋਂ ਬਾਅਦ ਸਾਧ ਸੰਗਤ ਗੁਰੂ ਨਾਨਕ ਸਾਹਿਬ ਦੇ ਨਾਲ ਮੇਰੇ ਸ਼ਬਦ ਜੋੜੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਕਹਿੰਦੇ ਧੰਨ ਗੁਰੂ ਨਾਨਕ ਕਹੋ ਕਹੋ, ਰੱਜ ਕੇ ਕਹੋ, ਪਿਆਰ ਚ ਕਹੋ, ਪਰ ਜੇ 2 ਕਰੋੜ ਨੇ ਧੰਨ ਗੁਰੂ ਨਾਨਕ ਕਿਹਾ ਤੇ ਧੰਨ ਗੁਰੂ ਨਾਨਕ 2 ਕਰੋੜ ਚ ਵਟਿਆ ਗਿਆ। ਕੋ ਸਤਨਾਮ ਕਹਿੰਦੇ ਜੇ ਕੋਈ ਪਿਆਰ ਚ ਗਏਗਾ ਮੇਰੇ ਗੁਰੂ ਨਾਨਕ, ਹੁਣ ਭਾਵੇਂ 2 ਕਰੋੜ ਕਹਿ ਰਹੇ ਨੇ, 2 ਕਰੋੜ ਕਹਿਣ ਵਾਲਿਆਂ ਦਾ ਹੁਣ ਸਾਰਿਆਂ ਦਾ ਹੀ ਧੰਨ ਗੁਰੂ ਨਾਨਕ। ਆਖੋ ਸਤਨਾਮ ਮੇਰਾ। ਇਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਬਚਨ ਮੈਂ ਪੜ੍ਹਿਆ, ਸਾਧ ਸੰਗਤ ਆਉਂ ਮਨ ਨੂੰ ਲੱਗਿਆ, ਨਾਲੇ ਮੇਰੇ ਸ਼ਬਦ ਦੇ ਵਿੱਚ ਬਹੁਤ ਅਪਣਤ ਹੈ। ਜਿਹੜਾ ਸ਼ਬਦ ਮੇਰਾ, ਇਹ ਮੇਰੇ, ਮੇਰਾ ਪੁੱਤਰ, ਮੇਰੀ ਧੀ, ਆਪਣੇ ਮੇਰੇ ਦੇ ਨਾਲ ਬੜਾ ਪ੍ਰੇਮ ਹੁੰਦਾ ਤੇ ਕਈ ਵਾਰੀ ਪਿਆਰ ਚ ਆ ਕੇ ਕਿਹਾ ਕਰੋ ਧੰਨ ਮੇਰੇ ਨਾਨਕ, ਧੰਨ ਮੇਰੇ ਨਾਨਕ, ਧੰਨ ਮੇਰੇ ਨਾਨਕ, ਨਾਨਕ ਜੀ ਧੰਨ ਮੇਰੇ ਨਾਨਕ, ਧੰਨ ਮੇਰੇ ਨਾਨਕ, ਧੰਨ ਮੇਰੇ ਨਾਨਕ, ਨਾ ਅਪਣਤ ਲੱਗਦੀ ਹੈ। ਧੰਨ ਮੇਰੇ ਨਾਨਕ, ਧੰਨ ਮੇਰੇ ਨਾਨਕ, ਧੰਨ ਮੇਰੇ ਨਾਨਕ, ਨਾਨਕ ਜੀ ਧੰਨ ਮੇਰੇ ਨਾਨਕ, ਧੰਨ ਮੇਰੇ ਨਾਨਕ, ਧੰਨ ਗੁਰੂ ਨਾਨਕ ਦੇਵ ਪਿਆਰੇ, ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ ਪਿਆਰੇ, ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ, ਨਾਨਕ ਦੀ ਬਾਰਗਾਹ ਹੈ। ਤੇ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਪੂਜਿਆ, ਤਿੰਨ ਹਰ ਪੂਜ ਕਰਾਵਾ ਕੋ ਸਤਨਾਮ, ਫਿਰ ਉਹਨਾਂ ਦੀ ਪੂਜਾ ਹਰੀ ਨੇ ਕਰਾਈ ਹੈ। ਇੱਕ ਥਾਂ ਤੇ ਸਾਹਿਬ ਕਹਿੰਦੇ ਨੇ ਕਹਿੰਦੇ ਹਰ ਹਰ ਜਨ ਦੋਏ, ਉਹ ਗੁਰੂ ਨਾਨਕ ਨੂੰ ਜਪ ਜਪ ਕੇ ਜਪ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਜਪਿਆ। ਸੱਚ ਮੈਣੇ ਦੇ ਵਿੱਚ ਇੱਕ ਦਿਨ ਗੁਰੂ ਨਾਨਕ ਦਾ ਰੂਪ ਹੋ ਜਾਂਦੇ ਨੇ। ਆਖੋ ਸਤਨਾਮ, ਖਸਮੇ ਮਾਹੇ ਸਮਾਵੇਂਗੇ, ਸਾਹਿਬ ਕਹਿੰਦੇ ਖਸਮੇ ਮਾਹੇ ਸਮਾਵੇਂਗੇ, ਫਿਰ ਸਮੁੰਦਰ ਤੇ ਸਮੁੰਦਰ ਦੀਆਂ ਲਹਿਰਾਂ ਭਾਵੇਂ ਦਿਖਣ ਨੂੰ 2 ਨੇ ਹੈ ਇੱਕ ਹੀ ਨੇ। ਆਪ ਸਤਨਾਮ, ਨਾ ਸਮੁੰਦਰ ਉਹਦੀ ਲਹਿਰਾਂ ਤੋਂ ਅਲੱਗ ਹੈ, ਨਾ ਲਹਿਰਾਂ ਸਮੁੰਦਰ ਤੋਂ ਅਲੱਗ ਹੈ, ਦਿਖਣ ਨੂੰ ਭਾਵੇਂ 2 ਨੇ ਪਰ ਹੈ ਇੱਕ ਨੇ। ਜਦੋਂ ਵਾਰਤਾ ਚੱਲ ਰਹੀ ਸੀ ਨਾ, ਧੰਨ ਧੰਨ ਬਾਬਾ ਸੁਜਾਨ ਸਿੰਘ ਜੀ ਵਾਰਤਾ ਸੁਣਾ ਰਹੇ ਨੇ, ਜਦੋਂ ਧੰਨ ਧੰਨ ਬਾਬਾ ਵਧਾਵਾ ਸਿੰਘ ਜੀ ਨੇ ਰੱਖ ਚਪੇੜ ਮਾਰੀ ਧੰਨ ਗੁਰ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦੇ,
ਅਗਲੇ ਦਿਨ ਆ ਕੇ ਧੰਨ ਧੰਨ ਵਧਾਵਾ ਧੰਨ ਧੰਨ ਬਾਬਾ ਵਧਾਵਾ ਸਿੰਘ ਜੀ ਭਾਵੇਂ ਵਿਦਿਆ ਗੁਰੂ ਨੇ ਆ ਕੇ ਬਾਬਾ ਨੰਦ ਸਿੰਘ ਜੀ ਕੋਲ ਮਾਫੀਆਂ ਮੰਗਦੇ ਪਏ ਨੇ ਕਹਿੰਦੇ ਨੰਦ ਸਿਆ ਮੈਨੂੰ ਮਾਫ ਕਰ ਮੈਨੂੰ ਮਾਫ ਕਰ ਉਹ ਸੀਨ ਸਾਧ ਸਿੰਘ ਜਦੋਂ ਸਾਹਮਣੇ ਆਇਆ ਤੇ ਸੀਸ ਝੁੱਕ ਗਿਆ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਚਰਨਾਂ ਉਹ ਮੈਂ ਤੈਨੂੰ ਇੱਕ ਮਾਰੀ ਗੁਰੂ ਨਾਨਕ ਨੇ ਪਤਾ ਨੀ ਮੈਨੂੰ ਕਿੰਨੀਆਂ ਮਾਰੀਆਂ ਹਰ ਕਾ ਸੇਵਕ ਹਰ ਹੀ ਜਿਹਾ ਉਹ ਗੁਰੂ ਨਾਨਕ ਦਾ ਸੇਵਕ ਫਿਰ ਗੁਰੂ ਨਾਨਕ ਵਰਗਾ ਜਿਵੇਂ ਮਹਾਂਪੁਰਖ ਇੱਕ ਇਆਲੀ ਦੀ ਗੱਲ ਸੁਣਾਇਆ ਕਰਦੇ ਸੀ ਭੇਡਾਂ ਚਾਰਨ ਵਾਲਾ ਇਆਲੀ ਭੇਡਾਂ ਚਾਰਦਾ ਚਾਰਦਾ ਜਦੋਂ ਆਇਆ ਨਾ ਇਬਾਦਤੀ ਸੀ ਪ੍ਰੇਮ ਵਾਲਾ ਸੀ ਤੇ ਮੌਜ ਚ ਆ ਕੇ ਕਹਿਣ ਲੱਗਾ ਕਹਿੰਦੇ ਹੇ ਅੱਲਾ ਟੁੱਟੀ ਜੀ ਝੋਪੜੀ ਝੋਂਪੜੀ ਚ ਰਹਿੰਦਾ ਪਾਟੇ ਹੋਏ ਕੱਪੜੇ ਪਾਏ ਹੋਏ ਕਹਿਣ ਲੱਗਾ ਹੇ ਅੱਲਾ ਮੈਂ ਸੁਣਿਆ ਤੂੰ ਕੱਲਾ ਏ ਮੈਂ ਸੁਣਿਆ ਤੂੰ ਕੱਲਾ ਏ ਮੈਂ ਵੀ ਕੱਲਾ ਤੇਰਾ ਵੀ ਕੋਈ ਅੱਗੇ ਪਿੱਛੇ ਨਹੀਂ ਮੇਰਾ ਵੀ ਕੋਈ ਅੱਗੇ ਪਿੱਛੇ ਤੇ ਪ੍ਰੇਮ ਵਾਲਿਆਂ ਦੀਆਂ ਖੇਡਾਂ ਸੁਣਿਓ ਧਿਆਨ ਦੇ ਨਾਲ ਅੱਲਾ ਮੈਂ ਸੁਣਿਆ ਤੂੰ ਕੱਲਾ ਏ ਮੈਂ ਵੀ ਕੱਲਾ ਕਿਉਂ ਨਾ ਹੋਵੇ ਉਹ ਤੂੰ ਮੇਰੇ ਕੋਲ ਆ ਜਾ ਇਕੱਠੇ ਰਵਾਂਗੇ ਹਾਂ ਅੱਲਾ ਜੇ ਤੇਰੇ ਵੀ ਕੱਪੜੇ ਪਾਟ ਜਾਣਗੇ ਨਾ ਮੇਰੇ ਕੱਪੜਿਆਂ ਦੀ ਤਰ੍ਹਾਂ ਘਬਰਾ ਨਾ ਤੇਰੇ ਕੱਪੜੇ ਮੈਂ ਸੀ ਦਿਆਂਗਾ ਆਖੋ ਸਤਨਾਮ ਮੈਂ ਸੀ ਦਿਆਂਗਾ ਘਬਰਾਈ ਨਾ ਦੁੱਧ ਮੈਂ ਚੋਦਿਆਂ ਕਰਾਂਗਾ ਪੀ ਤੂੰ ਲਿਆ ਕਰੀ ਰੋਟੀ ਮੈਂ ਬਣਾ ਦਿਆ ਕਰਾਂਗਾ ਖਾ ਤੂੰ ਲਈ ਪਰ ਆ ਜਾ ਅੱਲਾ ਆਖੋ ਸਤਨਾਮ ਹਜ਼ਰਤ ਮੂਸਾ ਜੀ ਲੰਘਦੇ ਪਏ ਬਾਹਰੋਂ ਹਜ਼ਰਤ ਮੂਸਾ ਜੀ ਨੇ ਇਹ ਗੱਲ ਸੁਣ ਲਈ ਇਬਾਦਤੀ ਸਨ ਹਜ਼ਰਤ ਮੂਸਾ ਜੀ ਪਹੁੰਚ ਰੱਖਦੇ ਸਨ ਅੱਲਾ ਦੀ ਬਾਰਗਾਹ ਤੱਕ ਪਹੁੰਚ ਰੱਖਦੇ ਸਨ ਜਦੋਂ ਹਜ਼ਰਤ ਮੂਸਾ ਜੀ ਨੇ ਇਹਦੀ ਗੱਲ ਸੁਣੀ ਇਹ ਕਿਹੜਾ ਕਾਫਰ ਹੈ ਅੱਲਾ ਦੀ ਸ਼ਾਨ ਚ ਐਡੀ ਗੁਸਤਾਖੀ ਐਡੀ ਗੁਸਤਾਖੀ ਅੱਲਾ ਦੀ ਸ਼ਾਨ ਅੰਦਰ ਗਏ ਕਹਿੰਦੇ ਓਏ ਤੂੰ ਅੱਲਾ ਨਾਲ ਸੰਬੋਧਨ ਹੋ ਰਿਹਾ ਸੀ ਕਹਿੰਦੇ ਹਾਂਜੀ ਕਹਿੰਦੇ ਰੱਖ ਕੇ ਚਪੇੜ ਮਾਰੀ ਮੂੰਹ ਤੇ ਕਹਿੰਦੇ ਬਦਜਾਤ ਅੱਲਾ ਦੀ ਸ਼ਾਨ ਚ ਐਡੀ ਗੁਸਤਾਖੀ ਤੇਰੀ ਝੋਂਪੜੀ ਚ ਅੱਲਾ ਆਏਗਾ ਤੂੰ ਇਹ ਕਹਿ ਰਿਹਾ ਉਹਦੇ ਕੱਪੜੇ ਪਾਟੇ ਹੋਏ ਤੇ ਤੂੰ ਸੀ ਗੁੱਸਾ ਕਰਕੇ ਚਪੇੜ ਮਾਰ ਕੇ ਮੂਸਾ ਜੀ ਚਲੇ ਗਏ ਉਹ ਇਆਲੀ ਕਹਿਣ ਲੱਗਾ ਵਾ ਅੱਲਾ ਨਹੀਂ ਚੰਗੀ ਲੱਗੀ ਸੀ ਗੱਲ ਤੇ ਨਾ ਸਹੀ ਕਹਿੰਦੇ ਚਪੇੜ ਕਾਹਨੂੰ ਮਰਵਾਤੀ ਆ ਪਰ ਠੀਕ ਆ ਚੱਲ ਕੋਈ ਗੱਲ ਮਰਵਾਈ ਮਰਵਾਈ ਕੋਈ ਗੱਲ ਨੀ ਪਰ ਫਿਰ ਵੀ ਅੱਲਾ ਮੈਂ ਤਾਂ ਵੀ ਹੁਣ ਵੀ ਕਹਿੰਦਾ ਵਾ ਤੂੰ ਕੱਲਾ ਮੈਂ ਕੱਲਾ ਆ ਜਾ ਯਾਰਾ ਇਕੱਠੇ ਰਵਾਂਗੇ ਆਖੋ ਸਤਨਾਮ ਸੱਚ ਕਹੋ ਸੁਣ ਲਿਓ ਸਭ ਪਾਤਸ਼ਾਹ ਕਹਿੰਦੇ ਸਾਰੇ ਸੁਣ ਲਓ ਭਾਈ ਧੰਨ ਬਾਜਾਂ ਵਾਲੇ ਮਾਈ ਕਹਿੰਦੇ ਸਾਰੇ ਸੁਣ ਲਓ
ਇਹ ਤਤ ਦੀ ਗੱਲ ਸਾਹਿਬ ਕਹਿੰਦੇ ਮੈਂ ਕਰਨ ਲੱਗਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਤ। ਉੱਥੇ ਮੁੱਲ ਪ੍ਰੇਮ ਦਾ ਪਏਗਾ। ਚਤੁਰਾਈ ਸਿਆਣਪਾਂ ਕਿਤੇ ਕਾਮ ਨਾ ਆਈਆਂ। ਅੱਜ ਮੂਸਾ ਜੀ ਜੁੜੇ ਇਬਾਦਤ ਦੇ ਵਿੱਚ, ਅੱਜ ਦਿਦਾਰੇ ਨਹੀਂ ਹੋ ਰਹੇ, ਅੱਜ ਰਸ ਨਹੀਂ ਆ ਰਿਹਾ, ਅੱਜ ਉਮਾੜਾ ਨਹੀਂ, ਅੱਜ ਖੇੜਾ ਨਹੀਂ। ਜ਼ੋਰ ਲਾਤਾ, ਪੂਰਾ ਜ਼ੋਰ ਲਾਤਾ, ਬੇਨਤੀਆਂ ਲਾਈਆਂ, ਅੱਲਾ ਅੱਜ ਕਿਹੜੀ ਗੁਸਤਾਖੀ ਹੋ ਗਈ, ਅੱਜ ਤੇਰੇ ਚਲਕਾਰੇ ਨਹੀਂ, ਤੇਰੇ ਦਿਦਾਰੇ ਨਹੀਂ, ਉਹ ਰਸ ਨਹੀਂ। ਅੱਗੋਂ ਆਵਾਜ਼ ਆਈ ਮੂਸਾ ਜੀ ਕੰਨਾਂ ਦੇ ਚ, ਆਵਾਜ਼ ਪਈ ਕਹਿੰਦੇ ਵਾਹ ਓਏ ਮੂਸਿਆ, ਇੱਕ ਤਾਂ ਚਪੇੜ ਮਾਰੇ ਉਪਰੋਂ ਦਰਸ਼ਨ ਮੰਗੇ, ਆਖੋ ਸਤਨਾਮ ਵਾਹਿਗੁਰੂ, ਓਏ ਇੱਕ ਚਪੇੜ ਮਾਰੇ ਉਪਰੋਂ ਦਰਸ਼ਨ, ਦਰਸ਼ਨ ਨਹੀਂ ਦਿਆਂਗਾ ਦਰਸ਼ਨ, ਅੱਜ ਮੇਰੇ ਮੂੰਹ ਤੇ ਚਪੇੜ ਮਾਰੀ ਤੂੰ। ਕੰਬ ਗਏ ਮੂਸਾ ਜੀ ਕਹਿੰਦੇ ਅੱਲਾ ਤੇਰੇ ਚਰਨ ਚਰਨ ਤੇਰੇ ਮੂੰਹ ਤੇ ਚਪੇੜ, ਮੈਂ ਸੁਪਨੇ ਦੇ ਵਿੱਚ ਵੀ ਨਹੀਂ ਸੋਚ ਸਕਦਾ ਅੱਲਾ। ਉਹ ਕਹਿੰਦੇ ਉਹ ਜਿਹੜੇ ਇਯਾਲੀ ਨੂੰ ਮਾਰ ਕੇ ਆਇਆ ਉਹ ਮਾਰਿਆ ਉਹਨੂੰ ਹੀ ਦੰਦ ਮੈਨੂੰ ਹੋਇਆ, ਆਖੋ ਸਤਨਾਮ। ਤੂੰ ਤਾਂ ਕਦੇ ਕਦੇ ਮੇਰੇ ਕੋਲ ਆਨਾ ਹੈ, ਤੂੰ ਤਾਂ ਕਦੇ ਕਦੇ ਮੇਰੀ ਇਬਾਦਤ ਚ ਬਹਿ ਕੇ ਮੇਰੇ ਨਾਲ ਗੱਲਾਂ ਕਰ ਲੈਂਦਾ। ਉਹ ਮੂਸਿਆ ਉਹ ਇਯਾਲੀ ਤਾਂ ਹਰ ਵੇਲੇ ਮੈਨੂੰ ਆਪਣੇ ਨਾਲ ਰੱਖਦਾ, ਹਰ ਵੇਲੇ ਮੈਂ ਉਹਦੇ ਨਾਲ ਰਹਿੰਦਾ, ਮੈਂ ਉਹਦੇ ਵਿੱਚ ਹਾਂ, ਉਹ ਮੇਰੇ ਵਿੱਚ ਹੈ। ਉਹ ਮਾਰ ਉਹਨੂੰ ਪਈ ਦਰਦ ਮੈਨੂੰ ਹੋਈ, ਆਖੋ ਸਤਨਾਮ। ਜਦੋਂ ਬਾਬਾ ਸੁਜਾਨ ਸਿੰਘ ਜੀ ਦੀ ਮੈਂ ਗੱਲ ਸੁਣ ਰਿਹਾ ਸੀ ਮੇਰੀਆਂ ਅੱਖਾਂ ਭਰ ਰਹੀਆਂ ਸੀ, ਮੇਰੇ ਅੱਗੇ ਇਹੀ ਪੰਕਤੀ ਚੱਲ ਰਹੀ ਸੀ, ਹਰ ਕਾ ਸੇਵਕ ਉਹ ਹਰ ਜਿਹਾ, ਉਹ ਹਰੀ ਵਰਗਾ ਹੀ ਹੈ, ਕੋਈ ਭੇਦ ਨਹੀਂ ਉਹਦੇ। ਬੜੇ ਸੋਹਣੇ ਲੱਗਦੇ ਨੇ ਜਿਹੜੇ ਅੱਲਾ ਦੀ ਇਬਾਦਤ ਚ, ਵਾਹਿਗੁਰੂ ਦੀ ਇਬਾਦਤ ਚ, ਗੁਰੂ ਨਾਨਕ ਦੀ ਇਬਾਦਤ ਚ ਜਿਹੜੇ ਜੁੜਦੇ ਨੇ ਉਹ ਗੁਰੂ ਨਾਨਕ ਨੂੰ ਬੜੇ ਸੋਹਣੇ, ਵਾਹਿਗੁਰੂ ਨੂੰ ਬੜੇ ਸੋਹਣੇ ਲੱਗਦੇ। ਤਾਂ ਹੀ ਸਾਹਿਬ ਕਹਿਣ ਲੱਗੇ ਆਓ ਪੜ ਲਈਏ ਜੀ ਸ਼ਬਦ, ਵਾਹੋ ਵਾਹੋ ਕਰੇ ਸਾਹੋ, ਵਾਹੋ ਕਰੇ ਸੇਈ ਧਨ ਸੋਹਣੇ, ਵਾਹੋ ਵਾਹੋ ਸੇਈ ਚੰਨ ਸੋਹਣੇ, ਵਾਹੋ ਵਾਹੋ ਕਰੇ ਸੇਈ ਚੰਨ ਸੋਹਣੇ, ਵਾਹੋ ਵਾਹੋ ਕਰੇ ਸੇਈ ਚੰਨ ਸੋਹਣੇ, ਵਾਹੋ ਵਾਹੋ ਕਰੇ ਸੇਈ ਚੰਨ ਸੋਹਣੇ। ਤਨ ਤਨ ਬਾਬਾ ਮਹਾ ਹਰਨਾਮ ਸਿੰਘ ਜੀ, ਤਨ ਤਨ ਬਾਬਾ ਮਹਾ ਹਰਨਾਮ ਸਿੰਘ, ਤਨ ਤਨ ਬਾਬਾ ਮਹਾ ਹਰਨਾਮ ਸਿੰਘ ਜੀ, ਤਨ ਤਨ ਬਾਬਾ ਮਹਾ ਹਰਨਾਮ, ਤਨ ਤਨ ਬਾਬਾ ਆਨੰਦ ਸਿੰਘ ਜੀ, ਤਨ ਤਨ ਬਾਬਾ ਆਨੰਦ ਸਿੰਘ,
ਧੰਨ ਧੰਨ ਬਾਬਾ ਨੰਦ ਸਿੰਘ ਜੀ, ਕਦੇ ਪੜੋ ਧੰਨ ਧੰਨ ਬਾਬਾ ਮਾਰਨਾਮ ਸਿੰਘ ਜੀ ਨੂੰ, ਜਿਨ੍ਹਾਂ ਦਾ ਰੋਮ ਰੋਮ ਜਪਜੀ ਸਾਹਿਬ ਦੇ ਵਿੱਚ, ਰੋਮ ਰੋਮ ਮੂਲ ਪੁੱਤਰ ਦੇ ਵਿੱਚ, ਰੋਮ ਰੋਮ ਗੁਰੂ ਨਾਨਕ ਦੀ ਯਾਦ ਦੇ। ਕਿੱਡੀ ਕੀਮਤੀ ਗੱਲ, ਦਾਸਾਂ ਦਾ ਦਾਸ, ਉਹ ਜਿਹੜਾ ਦਾਸ ਹੀ ਨਹੀਂ ਬਣਿਆ ਉਹਨੇ ਕੀ ਅੱਗੇ ਦਾਸ ਵਾਲੀ ਪੜ੍ਹਾਈ ਪੜ੍ਹਾਣੀ ਹੈ। ਧੰਨ ਧੰਨ ਬਾਬਾ ਰਾਮ ਸਿੰਘ ਜੀ, ਇਹ ਸਾਰਿਆਂ ਨੇ ਇਤਿਹਾਸ ਸੁਣਿਆ ਹੋਇਆ ਸਾਥ, ਜਦੋਂ ਧੰਨ ਧੰਨ ਬਾਬਾ ਮਾਰ ਰਾਮ ਸਿੰਘ ਜੀ, ਧੰਨ ਧੰਨ ਬਾਬਾ ਰਾਮ ਸਿੰਘ ਜੀ ਕੋਲ ਵਿਦਿਆ ਲੈਣ ਵਾਸਤੇ ਪਹੁੰਚੇ, ਗੁਰਮਤਿ ਦੀ ਵਿਦਿਆ, ਸੰਸਕ੍ਰਿਤ ਦੇ ਸਾਰੇ ਗ੍ਰੰਥ, ਸੰਸਕ੍ਰਿਤ ਦੀ ਵਿਦਿਆ, ਗੁਰਮਤਿ ਦੀ ਵਿਦਿਆ, ਸਾਰੀ ਸਿੱਖਿਆ ਜਦੋਂ ਦਿੱਤੀ ਧੰਨ ਧੰਨ ਬਾਬਾ ਰਾਮ ਸਿੰਘ ਜੀ ਨੇ, ਤੇ ਕਹਿਣ ਲੱਗੇ, ਕਹਿੰਦੇ ਹੁਣ ਕਮਾਈ ਕਰੋ। ਥੋੜੇ ਚਿਰਾਂ ਬਾਅਦ ਕਹਿਣ ਲੱਗੇ, ਕਹਿੰਦੇ ਹੁਣ ਕਮਾਈ ਕਰੋ। ਅੱਗੋਂ ਧੰਨ ਧੰਨ ਬਾਬਾ ਮਾਰ ਨਾਮ ਸਿੰਘ ਜੀ ਨੇ ਕਿਹਾ, ਕਹਿੰਦੇ ਮਹਾਂਪੁਰਖੋ ਕਿਹੜੀ ਕਮਾਈ, ਜਪਜੀ ਸਾਹਿਬ ਦੇ ਪਾਠ ਜੀ ਕਿੰਨੇ ਕਰਾਂ। ਬਾਬਾ ਰਾਮ ਸਿੰਘ ਜੀ ਕਹਿਣ ਲੱਗੇ, ਅਨੰਤ ਨੂੰ ਮਿਲਣਾ ਹੈ, ਅਨੰਤ ਕਰੋ ਆਖੋ ਸਤਨਾਮ, ਮੂਲ ਮੰਤਰ ਦਾ ਪਹਿਰਾ ਨਾ। ਧਿਆਨ ਨਾਲ ਸੁਣਨਾ ਸੰਗਤ ਜੀ, ਥੋੜੇ ਚਿਰਾਂ ਬਾਅਦ ਜਦੋਂ ਬਾਬਾ ਰਾਮ ਸਿੰਘ ਜੀ ਨੇ ਪੁੱਛਿਆ, ਉਦੋਂ ਨਾਮ ਸੀ ਜੀ ਨਿਹਾਲ ਸਿੰਘ। ਉਸ ਵੇਲੇ ਬਾਬਾ ਮਾਰ ਨਾਮ ਸਿੰਘ ਜੀ ਦਾ ਨਾਮ ਨਿਹਾਲ ਸਿੰਘ। ਕਹਿਣ ਲੱਗੇ, ਗੁਰਮੁਖਾ ਕਿੰਨਾ ਅਭਿਆਸ ਜੀ, ਆਪ ਜੀ ਦੀ ਕਿਰਪਾ ਦੇ ਨਾਲ 101 ਜਪਜੀ ਸਾਹਿਬ ਦਾ ਪਾਠ ਆਖੋ ਸਤਨਾਮ, ਖੁੱਲੇ ਮੂਲ ਮੰਤਰ ਪਹਿਲੀ ਪੌੜੀ ਦਾ ਜਾ। ਕਹਿੰਦੇ ਵਾਹ ਓਏ ਪਿਆਰਿਆ, ਧਿਆਨ ਨਾਲ ਸੁਣਨਾ ਜੀ, ਬੇਅੰਤ ਨੂੰ ਮਿਲਣਾ ਤੇ ਬੇਅੰਤ ਕਰਨੇ ਨੇ ਆਖੋ ਸਤਨਾਮ। ਬਸ ਬਚਨ ਹੀ ਲੈਣਾ ਸੀ, ਬਚਨ ਲਿਆ, ਹੁਣ ਬੇਅੰਤ ਵਾਲੇ ਪਾਸੇ ਤੁਰ ਪਏ। ਕਿੰਨਾ ਜਾਪ, ਕਿੰਨੀ ਬੰਦਗੀ, ਕਿ ਰੋਮ ਰੋਮ ਧੰਨ ਧੰਨ ਬਾਬਾ ਮਾਰ ਨਾਮ ਸਿੰਘ ਜੀ, ਗੁਰੂ ਨਾਨਕ ਸਾਹਿਬ ਦੀ ਯਾਦ। ਖਾਲੀ ਵਾਹੋ, ਖਾਲੀ ਵਾਹੋ। ਤੇ ਜਦੋਂ ਸਾਧ ਸੰਗਤ ਧੰਨ ਧੰਨ ਬਾਬਾ ਨੰਦ ਸਿੰਘ ਜੀ ਜਦੋਂ ਇੱਧਰ ਪਹੁੰਚੇ ਨੇ, ਧੰਨ ਧੰਨ ਵਧਾਵਾ ਸਿੰਘ ਜੀ ਨੇ ਅੱਗੇ ਤੋਰਿਆ, ਭਾਈ ਅਗਲੀ ਪੜ੍ਹਾਈਆਂ ਤੁਹਾਡੀਆਂ ਧੰਨ ਧੰਨ ਬਾਬਾ ਮਾਰ ਨਾਮ ਸਿੰਘ ਜੀ ਪੁੱਛੋ ਜਾਓ। ਹੁਣ ਜਦੋਂ ਇੱਥੇ ਪੜ੍ਹਾਈਆਂ ਕੀਤੀਆਂ ਕਰਵਾਈਆਂ, 22 ਘੰਟੇ ਦੀ ਭਗਤੀਆ ਤੁਸੀਂ ਸੁਣੀ, ਤੇ ਬਾਬਾ ਮਾਰ ਨਾਮ ਸਿੰਘ ਜੀ ਨੇ ਪੁੱਛਿਆ, ਕਹਿੰਦੇ ਰਿਖੀ ਜੀ ਕਿੰਨੇ ਘੰਟੇ ਜੀ, ਆਪ ਜੀ ਦੀ ਕਿਰਪਾ ਦੇ ਨਾਲ 22। ਉਹ ਰਿਖੀ ਜੀ 2 ਘੰਟੇ ਦਾ ਲੇਖਾ ਤੁਸੀਂ ਦਿਓਗੇ ਕਿ ਅਸੀਂ ਦਿਆਂਗੇ ਆਖੋ ਸਤਨਾਮ। ਆ ਨੇ ਕਮਾਈਆਂ। ਜਿਹੜਾ ਦਾਸ ਬਣਿਆ ਹੈ ਉਹ ਦਾਸਾ ਭਾਵ ਸਿਖਾ ਸਕਦਾ ਹੈ,
ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ। ਇੱਕ ਪੰਗਤੀ ਆਉਂਦੀ ਹੈ ਜੀ, ਕਿਹੜੀ ਪੰਗਤੀ? ਦਸ ਦਸ ਭੁੱਲਦਾ ਪਿਆ ਸੱਸ ਨਾਨਕ ਕੀਜੇ ਦਸਨ ਦਾਸ, ਇਸ ਤਰ੍ਹਾਂ ਕੋਈ ਪੰਗਤੀ ਮੈਂ ਭੁੱਲਦਾ ਪਿਆ। ਆ ਹੁਣੇ ਕੱਢ ਦੇਣੀ ਹੈ ਇਹਨਾਂ ਨੇ ਗੁਰੂ ਕੀ ਲਾਲ ਸੱਚੇ ਪਾਤਸ਼ਾਹ ਕਿਰਪਾ ਕਰਨ। ਦਾਸ ਦੀ ਕਮਾਈ, ਦਾਸ ਦੀ ਪੜ੍ਹਾਈ ਉਹ ਹੀ ਪੜ੍ਹਾ ਸਕਦਾ ਜਿਹੜਾ ਅੱਗੇ ਦਾਸ ਬਣਿਆ। ਬਾਬਾ ਮਹਾ ਹਰਨਾਮ ਸਿੰਘ ਜੀ ਨੇ ਬੇਅੰਤ ਨੂੰ ਮਿਲਣ ਵਾਸਤੇ ਬੇਅੰਤ ਸਾਧ ਜਾਪ, ਐਸਾ ਜੁੜੇ ਨੇ ਰੋਮ ਰੋਮ ਗੁਰੂ ਨਾਨਕ ਦੀ ਯਾਦ ਦੇ ਵਿੱਚ, ਰੋਮ ਰੋਮ ਗੁਰੂ ਨਾਨਕ ਦੀ ਯਾਦ ਦੇ ਵਿੱਚ। ਤੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ, ਉਹਨਾਂ ਨੂੰ ਜੋੜਿਆ ਤੇ ਰੋਮ ਰੋਮ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦਾ ਗੁਰੂ ਨਾਨਕ ਸਾਹਿਬ ਦੀ ਯਾਦ। ਇੰਨਾ ਜਪਿਆ ਇੰਨਾ ਜਪਿਆ ਸਾਸੰਗ, ਅੱਜ ਇੱਕ ਹੋਏ ਬੇਨਿਆ ਹੋ ਸਤਨਾਮ। ਵਾਹੋ ਵਾਹੋ ਕਰੇ ਸਹੀ ਜਾਣੇ ਸੋਹਣੇ, ਵਾਹੋ ਵਾਹੋ ਕਰੇ ਸਹੀ ਜਾਣੇ ਸੋਹਣੇ, ਵਾਹੋ ਮੋਕੋ ਕੀਜੈ ਦਾਸ ਦਾਸ ਦਾਸਨ ਕੋ। ਵਾਹੋ ਸਤਨਾਮ, ਹਰ ਧਰ ਹਰ ਦਇਆ ਧਾਰ ਜਗੰਦਰ। ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਕਹਿੰਦੇ ਹੇ ਮੇਰੇ ਵਾਹਿਗੁਰੂ ਕੀ ਮੰਗਿਆ ਜੀ? ਜਿਹੜੇ ਤੇਰੇ ਦਾਸ ਨੇ, ਫਿਰ ਜਿਹੜੇ ਉਹਨਾਂ ਦੇ ਦਾਸ ਨੇ, ਤੇ ਜੇ ਉਹਨਾਂ ਦੇ ਮੈਨੂੰ ਉਹਨਾਂ ਦਾ ਦਾਸ ਹੀ ਬਣਾ ਦੇ। ਆਖੋ ਸਤਨਾਮ, ਹਰ ਦਇਆ ਧਾਰ ਜਗਨਨਾਥ। ਇਹ ਮੇਰੇ ਵਾਹਿਗੁਰੂ ਇਹ ਮੇਰੇ ਤੇ ਦਇਆ ਕਰ, ਮੈਨੂੰ ਦਾਸਾਂ ਦਾ ਦਾਸ ਬਣਾ ਜਿਨ੍ਹਾਂ ਨੇ ਤੁਹਾਨੂੰ ਕਮਾਇਆ। ਧੰਨ ਧੰਨ ਬਾਬਾ ਮਹਾ ਹਰਨਾਮ ਸਿੰਘ, ਧੰਨ ਧੰਨ ਬਾਬਾ ਆਨੰਦ ਸਿੰਘ ਜੀ ਸਾਸ। ਵਾਹੋ ਵਾਹੋ ਕਰੇ ਸਹੀ ਜਾਣੇ ਸੋਹਣੇ, ਵਾਹੋ ਵਾਹੋ ਕਰੇ ਸਹੀ ਜਾਣੇ ਸੋਹਣੇ, ਵਾਹੋ ਵਾਹੋ ਕਰੇ ਸਹੀ ਜਾਣੇ ਸੋਹਣੇ, ਵਾਹੋ ਵਾਹੋ ਕਰੇ ਸੋਹਣੇ। ਤਿੰਨ ਕੋ ਪਰ ਜਾ ਪੂਜਣ ਆਈ, ਤਿੰਨ ਕੋ ਪਰ ਜਾ ਪੂਜਣ ਆਈ, ਤਿੰਨ ਕੋ ਪਰ ਜਾ
ਹੋ ਕਰਤੀ ਰਸਨਾ ਸ਼ਬਦ ਸੁਹਾਈ, ਵਾਹ ਵਾਹ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲ ਆਈ, ਵੱਡ ਪਾਗੀਆਂ ਵਾਹੋ ਵਾਹੋ ਮੋਹ ਕਢਾਈ, ਵੱਡ ਪਾਗੀਆਂ ਵਾਹੋ ਵਾਹੋ ਮੋਹ ਕਢਾਈ, ਤਿੰਨ ਕੋ ਪਰ ਜਾ ਪੂਜਣ ਆਈ, ਤਿੰਨ ਕੋ ਪਰ ਜਾ ਪੂਜਣ ਆਈ, ਤਿੰਨ ਕੋ ਪਰ ਜਾ ਪੂਜਣ ਆਈ, ਸੋਹਣਿਆਂ ਦਾ ਦਰਬਾਰ ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਰਿਝਾਇਆ, ਗੁਰੂ ਨਾਨਕ ਨੂੰ ਜਪ ਕੇ ਗੁਰੂ ਨਾਨਕ ਦਾ ਰੂਪ ਸਾਧ ਸੰਗਤ, ਗੁਰੂ ਨਾਨਕ ਸਾਹਿਬ ਮਿਹਰ ਕਰਨ, ਅਰਦਾਸਾਂ ਕਰੀਏ ਜੋਦੜੀਆਂ ਸੱਚੇ ਪਾਤਸ਼ਾਹ ਦੇ ਚਰਨਾਂ ਚ ਕਿ ਆ ਬੰਦਗੀ ਦੀ ਦਾਤ ਸਾਡੀ ਚੋਲੀ ਚ ਵੀ ਪਾਓ, ਨਿੱਤ ਦਾ ਅੰਮ੍ਰਿਤ ਵੇਲਾ ਸੰਭਾਲੀਏ ਜੀ, ਇਸ ਘਰ ਤੋਂ ਜਿਹੜੇ ਸਾਧ ਸੰਗਤ ਪੁਕਾਰਾਂ ਉੱਠਦੀਆਂ ਨੇ, ਹੁਕਾਂ ਉੱਠਦੀਆਂ ਨੇ ਅੰਮ੍ਰਿਤ ਵੇਲੇ ਦੀ, ਸਾਧ ਸੰਗਤ ਜੀ ਅੰਮ੍ਰਿਤ ਵੇਲੇ ਨੂੰ ਮਹਾਨਤਾ, ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਵੇਲੇ ਨੂੰ ਮਹਾਨਤਾ ਦਿੱਤੀ, ਤੇ ਜਿਹੜਾ ਗੁਰੂ ਨਾਨਕ ਨੂੰ ਮੰਨਣ ਵਾਲਾ ਫਿਰ ਉਹਨੇ ਵੀ ਸਾਧ ਸੰਗਤ ਅੰਮ੍ਰਿਤ ਵੇਲੇ ਦੇ ਡੰਕੇ ਫੇਰੇ। ਗੁਰੂ ਕਿਰਪਾ ਕਰਨ, ਰੰਗ ਰਤੜੀਆਂ ਆਪ ਜੀ ਰੂਹਾਂ ਬੈਠੀਆਂ ਹੋ, ਗੁਰੂ ਨਾਨਕ ਸਾਹਿਬ ਮਿਹਰ ਕਰਨ ਜੀ ਸਾਰਿਆਂ ਦੀ ਝੋਲੀਆਂ ਦੇ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਦੀ ਦਾਤ, ਬੰਦਗੀ ਦੀ ਦਾਤ ਪਾ ਕੇ
ਧੰਨ ਧੰਨ ਬਾਬਾ ਮਾਰ ਨਾਮ ਸਿੰਘ ਜੀ ਦੀਆਂ ਖੁਸ਼ੀਆਂ, ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦੀਆਂ ਖੁਸ਼ੀਆਂ, ਗੁਰੂ ਨਾਨਕ ਸਾਹਿਬ ਦੀਆਂ ਮਿਹਰਾਂ ਬਣ ਜਾਣ ਜੀ, ਅਸੀਸ ਬਖਸ਼ਿਸ਼ ਕਰਿਓ, ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।